ਗੁਰੂ ਪਿਆਰਿਓ, ਜਿਗਿਆਸੂਆਂ ਨੂੰ ਪਰਮਾਤਮਾ ਦੇ ਦਰ ਤੱਕ ਪਹੁੰਚਣ ਵਾਲੇ ਜਿਸ ਸੱਚੇ ਮਾਰਗ ਦੀ ਤਲਾਸ਼ ਵਿੱਚ ਭਟਕਦਿਆਂ ਹੋਇਆਂ ਪਤਾ ਨਹੀਂ ਕਿੰਨੇ ਕਿੰਨੇ ਜਨਮ ਲੱਗ ਜਾਂਦੇ ਹਨ, ਉਸੇ ਸੱਚੇ ਮਾਰਗ 'ਤੇ ਚੱਲਣ ਦੇ ਸਾਰੇ ਗੁੱਝੇ ਭੇਦ ਉਸ ਪਰਮਾਤਮਾ ਦੇ ਪਰਮ ਪਿਆਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਅਨੇਕਾਂ ਰੂਹਾਨੀ ਸ਼ਬਦਾਂ ਰਾਹੀਂ ਪੂਰੀ ਤਰ੍ਹਾਂ ਖੋਲ੍ਹ ਕੇ ਦੱਸੇ ਹੋਏ ਹਨ, ਜਿਨ੍ਹਾਂ ਤੋਂ ਰੂਹਾਨੀ ਸੇਧ ਲੈ ਕੇ ਦੈਵੀ ਬਖਸ਼ਿਸ਼ ਦਾ ਬੇਹਿਸਾਬ ਇਲਾਹੀ ਮੁਨਾਫਾ ਹਾਸਿਲ ਕਰਨ ਵਾਸਤੇ ਕਿਸੇ ਨੂੰ ਇੱਕ ਦਮੜਾ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ। ਕਿੰਨੀ ਹੈਰਤ ਅੰਗੇ ਸੱਚਾਈ ਹੈ ਕਿ ਸਮੁੱਚੇ ਬ੍ਰਹਿਮੰਡ ਦੇ ਸਭ ਤੋਂ ਵੱਡੇ ਪਰਮ ਸੱਚ ਦੇ ਖਜ਼ਾਨੇ ਨੂੰ ਪਾ ਲੈਣ ਦੇ ਸਾਰੇ ਇਲਾਹੀ ਭੇਦ ਤੁਰਕੀ ਬਾਣੀ ਦੇ ਰੂਪ ਵਿੱਚ ਸਦੀਆਂ ਤੋਂ ਸਾਡੇ ਸੰਸਾਰਿਕ ਜੀਵਾਂ ਕੋਲ ਉਪਲਬਧ ਹਨ, ਯਾਨੀ ਜਿਨ੍ਹਾਂ ਰੂਹਾਨੀ ਜੁਗਤੀਆਂ ਰਾਹੀਂ ਉਸ ਪਰਮਾਤਮਾ ਦੇ ਪਰਮ ਪਿਆਰਿਆਂ ਨੇ ਆਪਣੇ ਸੱਚੇ ਸਾਹਿਬ ਨੂੰ ਪਾ ਲਿਆ ਸੀ, ਉਹ ਸਾਰੇ ਹੀ ਸੱਚੇ ਰੂਹਾਨੀ ਸੂਤਰ ਗੁਰ ਯੁਕਤੀਆਂ ਤੇ ਸਾਧਨ ਸਮੁੱਚੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਸੁਪਾਏਮਾਨ ਹਨ, ਅਤੇ ਜਿਨ੍ਹਾਂ ਰਾਹੀਂ ਅਸੀਂ ਸਾਰੇ ਸੰਸਾਰਿਕ ਕਲੇਸ਼ਾਂ ਤੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਉਸ ਸੱਚੇ ਸਾਹਿਬ ਦੀ ਅਪਾਰ ਬਖਸ਼ਿਸ਼ ਵੀ ਪ੍ਰਾਪਤ ਕਰ ਸਕਦੇ ਹਾਂ। ਪਰ ਜੇਕਰ ਫਿਰ ਵੀ ਅਸੀਂ ਕਲਯੁਗੀ ਜੀਵ ਆਪਣੀਆਂ ਅੰਦਰੂਨੀ ਊਣਤਾਈਆਂ, ਸ਼ੰਕਾਵਾਂ ਅਤੇ ਨਾਸਮਝੀਆਂ ਕਾਰਨ ਅੰਮ੍ਰਿਤ ਬਾਣੀ ਦੇ ਇੰਨੇ ਵੱਡੇ ਇਲਾਹੀ ਖਜ਼ਾਨੇ ਦੇ ਵਾਰਿਸ ਹੋਣ ਦੇ ਬਾਵਜੂਦ ਉਸ ਦੇ ਰੂਹਾਨੀ ਗਿਆਨ ਦੀ ਜਾਗ ਤੋਂ ਅਛੂਤੇ ਰਹਿ ਕੇ ਆਪਣਾ ਲੋਕ ਪਰਲੋਕ ਸਵਾਰ ਲੈਣ ਦਾ ਲਾਹਾ ਨਾ ਲੈ ਸਕੇ, ਤਾਂ ਤਿਰਗ ਹੋਵੇਗਾ ਸਾਡਾ ਜੀਵਣਾ ਤੇ ਤਿਰਗ ਹੋਵੇਗਾ ਸਾਡਾ ਇਸ ਸੰਸਾਰ ਵਿੱਚ ਆਉਣਾ। ਚੇਤਾ ਸਮੁੰਦ